ਸਤਿ ਸ਼੍ਰੀ ਅਕਾਲ, ਐਫ ਐਮ ਆਈ ਨਿਊਜ਼ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅਸੀਂ ਯੂਕੇ 'ਚ ਸੰਗਾ ਟੀ ਵੀ ਦੇਖ ਰਹੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ। ਮੈਂ ਹਾਂ ਕਾਸਿਫ ਫਾਰੂਕੀ ਔਰ ਬੁਲੇਟਿਨ ਦਾ ਆਗਾਜ਼ ਕਰਾਂਗੇ ਹੈਡਲਾਈਨਸ ਨਾਲ। ਪੰਜਾਬ ਹਰਿਆਣਾ ਹਾਈਕੋਰਟ ਨੇ ਸੂਬੇ ਦੇ 19 ਮੁੱਖ ਪਾਰਲੀਮਾਨੀ ਸਕੱਤਰਾਂ ਦੇ ਅਹੁਦਿਆਂ ਨੂੰ ਕੀਤਾ ਖਾਰਜ, ਨਿਯੁਕਤੀਆਂ ਨੂੰ ਦੱਸਿਆ ਗੈਰ ਸੰਵਿਧਾਨਿਕ। ਐਚ ਸੀ ਅਰੋੜਾ ਅਤੇ ਜਗਮੋਹਨ ਭੱਟੀ ਦੀ ਪਟੀਸ਼ਨ 'ਤੇ ਅਦਾਲਤ ਨੇ ਸੁਣਾਇਆ ਫੈਸਲਾ। ਮੈਡੀਟੇਸ਼ਨ ਸੈਂਟਰ 'ਚੋਂ ਨਿਕਲਦੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਏ ਸਰਗਰਮ। ਵਿਧਾਨ ਸਭਾ ਚੋਣਾਂ 'ਚ ਪੰਜਾਬ ਦੀ ਕਮਾਂਡ ਸੰਭਾਲਣਗੇ ਖੁਦ ਆਸ਼ੂਤੋਸ਼ ਨੂੰ ਗੁਜਰਾਤ ਅਤੇ ਜੈਨ ਨੂੰ ਗੋਆ ਦੀ ਦਿੱਤੀ ਜ਼ਿੰਮੇਵਾਰੀ। ਅਮਰੀਕਾ ਦੇ ਸ਼ਹਿਰ ਨਿਊਯਾਰਕ 'ਚ ਨਕਾਬਪੋਸ਼ ਹਮਲਾਵਰ ਵੱਲੋਂ ਪੰਜਾਬੀ ਨੌਜਵਾਨ ਦਾ ਕਤਲ। ਮ੍ਰਿਤਕ ਅਮਨਜੀਤ ਸਿੰਘ ਤੂਰ ਐਰੀਜ਼ੋਨ ਇਲਾਕੇ ਦੇ ਸਟੋਰ 'ਚ ਕਰਦਾ ਸੀ ਕੰਮ। ਕੰਪਨੀ ਨੇ ਹਮਲਾਵਰ ਦੀ ਸੂਹ ਦੇਣ ਵਾਲੇ ਨੂੰ 70 ਲੱਖ ਰੁਪਏ ਦੇ ਇਨਾਮ ਦਾ ਕੀਤਾ ਐਲਾਨ। ਅਮਰੀਕਾ ਦੇ ਲਾਸ ਏਂਜਲਸ ਦੇ ਹਵਾਈ ਅੱਡੇ 'ਤੇ ਸ਼ਾਹਰੁਖ ਖਾਨ ਨੂੰ ਹਿਰਾਸਤ 'ਚ ਲੈਣ ਮਗਰੋਂ ਕੀਤਾ ਗਿਆ ਰਿਹਾ ਏਅਰਪੋਰਟ 'ਤੇ ਰੋਕੇ ਜਾਣ ਦੇ ਮਾਮਲੇ 'ਚ ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਮੰਗੀ ਮੁਆਫੀ। ਪੰਜਾਬ ਹਰਿਆਣਾ ਹਾਈਕੋਰਟ ਨੇ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਸਰਕਾਰ ਨੂੰ ਸ਼ੁੱਕਰਵਾਰ ਨੂੰ ਵੱਡਾ ਝਟਕਾ ਦਿੱਤਾ। ਪੰਜਾਬ ਹਰਿਆਣਾ ਹਾਈਕੋਰਟ ਨੇ ਬਾਦਲ ਸਰਕਾਰ ਵੱਲੋਂ 2012 'ਚ ਨਿਯੁਕਤ ਕੀਤੇ ਗਏ 19 ਮੁੱਖ ਪਾਰਲੀਮਾਨੀ ਸਕੱਤਰਾਂ ਦੇ ਅਹੁਦਿਆਂ ਨੂੰ ਗੈਰ ਸੰਵਿਧਾਨਿਕ ਦੱਸਦਿਆਂ ਖਾਰਜ ਕਰ ਦਿੱਤਾ, ਜਿਸ ਤੋਂ ਬਾਅਦ ਮੁੱਖ ਪਾਰਲੀਮਾਨੀ ਸਕੱਤਰਾਂ ਦਾ ਆਪਣੇ ਅਹੁਦੇ 'ਤੇ ਰਹਿਣਾ ਲਗਭਗ ਨਾਮੁਮਕਿਨ ਹੋ ਗਿਆ। ਦੱਸ ਦਈਏ ਕਿ ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼, ਮਹਾਰਾਸ਼ਟਰ ਅਤੇ ਪੱਛਮੀ ਬੰਗਾਲ ਦੀ ਹਾਈਕੋਰਟ ਨੇ ਮੁੱਖ ਪਾਰਲੀਮਾਨੀ ਸਕੱਤਰਾਂ ਦੇ ਅਹੁਦਿਆਂ ਨੂੰ ਗੈਰ ਸੰਵਿਧਾਨਿਕ ਐਲਾਨ ਦਿੱਤਾ ਸੀ। ਪੂਰੇ ਮਾਮਲੇ 'ਚ ਪਟੀਸ਼ਨ ਕਰਤਾ ਵਕੀਲ ਨਾਲ ਅਸੀਂ ਫੋਨ 'ਤੇ ਖਾਸ ਗੱਲਬਾਤ ਕੀਤੀ। ਮਾਮਲਾ ਇਹ ਸੀਗਾ ਕਿ ਸਾਡਾ ਸੰਵਿਧਾਨ ਇਜਾਜ਼ਤ ਨਹੀਂ ਦਿੰਦਾ ਕਿ 15% ਜੋ MLA ਦੀ ਗਿਣਤੀ ਹੈ, ਜਿਸ ਤਰ੍ਹਾਂ ਪੰਜਾਬ 115 ਹੈ, ਤਕਰੀਬਨ 16 ਮੈਂਬਰ ਉਹਨਾਂ ਦੇ ਮੰਤਰੀ ਬਣਾਏ ਜਾ ਸਕਦੇ, ਇਸ ਤੋਂ ਜ਼ਿਆਦਾ ਨਹੀਂ। ਪਰ ਪਾਰਲੀਮੈਂਟ ਇਫੈਕਟਿਵ ਦੇ ਨਾਂ ਦੇ ਆੜ ਵਿੱਚ ਨਵਾਂ ਅਹੁਦਾ ਦੇ ਕੇ ਮੰਤਰੀਆਂ ਵਾਲੀਆਂ ਪਾਵਰਾਂ, ਮੰਤਰੀਆਂ ਵਾਲੀਆਂ ਫੈਸਿਲਿਟੀਆਂ ਵਗੈਰਾ ਦੇ ਕੇ ਇੱਕ ਤਰ੍ਹਾਂ ਸੰਵਿਧਾਨ ਦੀ ਉਲੰਘਣਾ ਕਰ ਰਹੇ ਸੀਗੇ। ਇਹੀ ਮੇਨ ਮੁੱਦਾ ਸੀ ਸਾਡਾ। ਐਕਚੁਅਲੀ ਉਹਨਾਂ ਦੀ ਵੀ ਸੁਣਵਾਈ ਵਾਸਤੇ ਨੋਟਿਸ ਵਗੈਰਾ ਹੋਇਆ ਹੋਇਆ ਜੀ। ਤਾਰੀਖ ਮੈਨੂੰ ਜਵਾਨੀ ਯਾਦ ਨਹੀਂ ਹੈਗੀ, ਪਰ ਇਹ ਜਜਮੈਂਟ ਜੇ ਸੁਪਰੀਮ ਕੋਰਟ ਵੱਲੋਂ ਸਟੇਅ ਨਹੀਂ ਹੁੰਦੀ ਤਾਂ ਇਹ ਵੀ ਜਦੋਂ ਉਹਨਾਂ ਦੀ ਸੁਣਵਾਈ ਹੋਏਗੀ ਉਸ ਦਿਨ ਉਹਨਾਂ ਤੇ ਲਾਗੂ ਹੋ ਜਾਏ। ਬਿਲਕੁਲ ਕਹਿਣਾ ਚਾਹੁੰਦੀ ਸੰਵਿਧਾਨ ਹੈ ਕਿ ਮੁੱਦੇ ਦੇ ਉੱਪਰ ਫੈਸਲਾ ਇਹਨਾਂ ਨੇ ਸਾਡੇ ਆਨਰੇਬਲ ਹਾਈਕੋਰਟ ਨੇ ਸੁਣਾਇਆ ਹੈ, ਉਹ ਜਿਹੜਾ ਵੀ ਉਹਨਾਂ ਦਾ ਫੈਸਲਾ ਉਹ ਸਭ ਤੇ ਲਾਗੂ ਹੋਇਆ। ਤੇ ਮੈਡੀਟੇਸ਼ਨ ਸੈਂਟਰ ਤੋਂ ਬਾਹਰ ਆਉਂਦਿਆਂ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇੱਕ ਵਾਰ ਮੁੜ ਤੋਂ ਸਿਆਸਤ 'ਚ ਸਰਗਰਮ ਹੋ ਗਏ ਨੇ। ਮੁੱਖ ਮੰਤਰੀ ਕੇਜਰੀਵਾਲ ਨੇ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਪਾਰਟੀ ਦੇ ਲੀਡਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਨੇ। ਵਿਧਾਨ ਸਭਾ ਚੋਣਾਂ ਦੇ ਚੱਲਦਿਆਂ ਪੰਜਾਬ ਦੀ ਕਮਾਨ ਅਰਵਿੰਦ ਕੇਜਰੀਵਾਲ ਖੁਦ ਆਪਣੇ ਕੋਲ ਰੱਖਣਗੇ। ਇਸ ਤੋਂ ਇਲਾਵਾ ਗੁਜਰਾਤ ਦੀ ਜ਼ਿੰਮੇਵਾਰੀ ਆਸ਼ੂਤੋਸ਼ ਅਤੇ ਕਪਿਲ ਮਿਸ਼ਰਾ, ਗੋਆ 'ਚ ਪਾਰਟੀ ਦੀ ਕਮਾਨ ਸਤਿੰਦਰ ਜੈਨ ਅਤੇ ਮਨੀਸ਼ ਸਿਸੋਦੀਆ ਨੂੰ ਸੌਂਪੀ ਗਈ ਹੈ। ਸੂਬੇ 'ਚ ਸ਼ੁੱਕਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਪੇਂਡੂ ਸੇਵਾ ਕੇਂਦਰਾਂ ਦੇ ਉਦਘਾਟਨ ਕੀਤੇ ਗਏ। ਸੂਬੇ ਦੇ ਮੁੱਖ ਮੰਤਰੀ ਨੇ ਜਲੰਧਰ ਨੇੜਲੇ ਪੇਂਡੂ ਖੇਤਰ ਲੰਮਾ ਪਿੰਡ 'ਚ ਸੇਵਾ ਕੇਂਦਰ ਦਾ ਉਦਘਾਟਨ ਕੀਤਾ। ਇਸ ਮੌਕੇ ਜਦੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ISI ਦੀ ਸੂਬੇ 'ਚ ਸਰਗਰਮੀਆਂ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਇਸ ਬਾਰੇ ਸੁਖਬੀਰ ਸਿੰਘ ਬਾਦਲ ਹੀ ਜ਼ਿਆਦਾ ਜਾਣਦੇ ਹੋਣਗੇ ਕਿਉਂਕਿ ਗ੍ਰਹਿ ਵਿਭਾਗ ਸੁਖਬੀਰ ਸਿੰਘ ਬਾਦਲ ਕੋਲ ਹੈ। Veer is a home minister. Yeah, he is fully competent to get the matter inquired. Okay, meet him. Home minister, ਨੂੰ ਮਿਲ ਸਕਦਾ ਹੈ, ਜਾ ਕੇ ਕਹਿ ਸਕਦਾ। ਦੇਖੋ ਮੇਰੀ ਗੱਲ ਸੁਣੋ, ਇੱਕ ਸਾਰੇ ਪੰਜਾਬੀਆਂ ਨੂੰ ਸਮਝਣਾ ਚਾਹੀਦਾ, ਸਮਝ ਨਹੀਂ ਰਹੇ ਆਪਾਂ ਜੀ, ਨਾ ਪ੍ਰੈਸ ਵਾਲੇ ਸਮਝ ਰਹੇ ਆ, ਨਾ ਜਨਤਾ ਸਮਝ ਰਹੀ ਹੈ ਕਿ ਆਪਾਂ ਬੜੇ ਮਾੜੇ ਦਿਨ ਦੇਖੇ ਹੈ ਔਰ ਉਦੋਂ ਵੀ ਇਵੇਂ ਗੱਲਾਂ, ਅਫਵਾਹਾਂ, ਗਲਤ ਅਖਬਾਰਾਂ 'ਚ ਖਬਰਾਂ, ਕੋਈ ਉਹੋ ਜਿਹੀਆਂ ਭੜਕੀਲੀਆਂ ਗੱਲਾਂ ਕਰਨੀਆਂ। ਸਭ ਤੋਂ ਜ਼ਰੂਰੀ ਹੈ ਅਮਨ, ਸ਼ਾਂਤੀ, ਭਾਈਚਾਰਕ ਸਾਂਝ ਪੰਜਾਬ, ਔਰ ਬੜੀ ਮੁਸ਼ਕਲ ਨਾਲ ਅਸੀਂ ਇਹ ਮੋੜਾ ਪਾ ਕੇ ਹੁਣ ਇੱਥੇ ਲਿਆਂਦਾ। ਹੁਣ ਮੈਂ ਸਾਰਿਆਂ ਨੂੰ ਕਹਾਂਗਾ, ਇਨਸਪਾਈਟ ਆਫ ਪਾਰਟੀ ਫਿਲੇਸ਼ਨ ਵੀ ਇੱਕ ਦੂਜੇ ਦੀਆਂ ਗੱਲਾਂ ਕਰਨੋ, ਸਾਰੇ ਇੱਕਜੁੱਟ ਹੋ ਕੇ ਉਹਨਾਂ ਸ਼ਕਤੀਆਂ ਦੇ ਖਿਲਾਫ ਲੜਨ ਜਿਹੜੀਆਂ ਪੰਜਾਬ 'ਚ ਅਮਨ ਸ਼ਾਂਤੀ ਭੰਗ ਕਰਨ ਜਾਂਦੇ। ਪਰ ਸੁਖਬੀਰ ਆਉਂਦਾ ਰਹਿੰਦਾ, ਪੁੱਛ ਲਿਓ। ਉੱਧਰ ਅੰਮ੍ਰਿਤਸਰ 'ਚ ਮੌਜੂਦ ਰਹੇ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਚੋਣ ਮੈਨੀਫੈਸਟੋ ਨੂੰ ਝੂਠ ਦਾ ਪੁਲੰਦਾ ਦੱਸਿਆ ਅਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ ਨੇ ਜੋ ਚੋਣ ਮੈਨੀਫੈਸਟੋ 'ਚ ਵਾਅਦੇ ਕੀਤੇ ਸਨ ਉਹਨਾਂ ਸਭ ਨੂੰ ਪੂਰ ਚੜਾਇਆ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ।
ਆ ਜਿਸ ਤਰੀਕੇ ਨਾਲ ਉਸ ਮੈਨੀਫੈਸਟੋ ਨੂੰ ਰਿਲੀਜ਼ ਕੀਤਾ ਗਿਆ, ਜਿਸ ਤਰੀਕੇ ਨਾਲ ਉਸ ਮੈਨੀਫੈਸਟੋ ਦੇ ਵਿਵਾਦ ਪੈਦਾ ਹੋਏ, ਜਿਸ ਤਰੀਕੇ ਨਾਲ ਉਹਨਾਂ ਦੇ ਇੱਕ ਲੀਡਰ ਦਾ ਉਸ ਮੈਨੀਫੈਸਟੋ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਤੁਲਨਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਹਦੀ ਨਿਖੇਧੀ ਹੋ। ਸਾਡਾ ਇਹੋ ਜਿਹੀ ਪਾਰਟੀਆਂ ਜਿਨ੍ਹਾਂ ਦਾ ਪੰਜਾਬ ਵਿਰੋਧੀ ਉਹ ਗੱਲ ਕਰ ਸਕਦੇ ਆ, ਅਤੇ ਉਹਦੇ ਅੰਦਰ ਜੋ ਝੂਠ ਦਾ ਪਲੰਦਾ ਉਹ ਵੀ ਮੈਂ ਵਾਰ ਵਾਰ ਕਹਿੰਦਾ ਹੁੰਦਾ ਕਿ ਦਿੱਲੀ ਤਾਂ ਨੌਕਰੀ ਦਿੱਤੀ ਨਹੀਂ ਗਈ, ਪੰਜਾਬ 'ਚ ਝੂਠੀ ਗੱਲਾਂ ਕਾਹਦੇ ਲਈ ਕਰਦੇ? ਦਿੱਲੀ 'ਚ ਤਾਂ ਹਰ ਫਰੰਟ 'ਤੇ ਫੇਜ ਹੈ, ਹਾਈਕੋਰਟ ਨੇ ਫਟਕਾਰ ਲਾਉਣੀ ਪੈ ਗਈ ਕਿ ਜਿਸ ਕੰਮ ਲਈ ਤੁਹਾਨੂੰ ਚੁਣਿਆ ਗਿਆ ਉਹ ਕੰਮ ਨੂੰ ਕਰੋ। ਇਹ ਪਹਿਲੀ ਵਾਰੀ ਹੋਇਆ ਕਿ ਕਿਸੇ ਮੁੱਖ ਮੰਤਰੀ ਨੂੰ ਇਹੋ ਜਿਹੀ ਫਟਕਾਰ ਪਈ ਹੈ। ਮਗਰ ਇਹ ਝੂਠੀ ਰਾਜਨੀਤੀ, ਝੂਠੀ ਗੁੰਮਰਾਹਕੁੰਨ ਪ੍ਰਚਾਰ ਦਾ ਇਹਦਾ ਮੈਣਾ ਕੋਈ ਨਹੀਂ, ਹਜੇ ਮੈਨੀਫੈਸਟੋ ਦਾ ਮੈਣਾ ਕੋਈ ਨਹੀਂ। ਸਾਡੀ ਦਾ ਜੋ ਕਮਿਟਮੈਂਟ ਸੀ ਲੋਕਾਂ ਨਾਲ, ਉਹਨੂੰ ਸਾਹਮਣੇ ਰੱਖ ਕੇ ਉਸ ਕਮਿਟਮੈਂਟ ਨੂੰ ਮੀਟ ਕਰਦੇ ਹੋਏ ਲੋਕਾਂ ਦੇ ਵਿੱਚ। ਉੱਧਰ ਕਾਂਗਰਸ ਵੀ ਆਪਣੇ ਆਉਣ ਵਾਲੇ ਚੋਣ ਮੈਨੀਫੈਸਟੋ ਨੂੰ ਪੰਜਾਬ ਦੇ ਸਾਰੇ ਮਰਜ਼ਾਂ ਦੀ ਦਵਾ ਦੱਸ ਰਹੀ ਹੈ। ਕਾਂਗਰਸ ਦੇ ਚੋਣ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਮਨਪ੍ਰੀਤ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ ਕਾਂਗਰਸ ਕੋਲ ਪੰਜਾਬ ਦੀ ਹਰ ਮਰਜ਼ ਦੀ ਦਵਾ ਹੈ। ਅਕਾਲੀਆਂ ਨੇ ਆਪਣੇ ਰਾਜ 'ਚ ਨਸ਼ਿਆਂ ਨੂੰ ਵਧਾਵਾ ਦਿੱਤਾ ਹੈ, ਤਾਂ ਆਮ ਆਦਮੀ ਪਾਰਟੀ ਆਪਣੀਆਂ ਸਟੇਜਾਂ ਤੋਂ ਲੋਕਾਂ ਨੂੰ ਚੁਟਕਲੇ ਸੁਣਾ ਕੇ ਖੁਸ਼ ਕਰ ਰਹੀ ਹੈ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਆਉਣ 'ਤੇ ਪੰਜਾਬ ਦੇ ਹਰ ਵਰਗ ਦੇ ਲੋਕਾਂ ਦੇ ਦੁੱਖ ਦੂਰ ਕੀਤੇ ਜਾਣਗੇ। ਅਸੀਂ ਤਾਂ ਸਿਰਫ ਕਾਂਗਰਸ ਪਾਰਟੀ ਦੀ ਗੱਲ ਕਰ ਸਕਦੇ ਹਾਂ, ਇਹ ਸਾਡੇ ਮੁਲਕ ਦੀ ਜਾਂ ਕੌਮ ਦੀ ਇੱਕ ਕਿਸਮ ਦੀ ਬਦਕਿਸਮਤੀ ਸਮਝੋ ਕਿ ਪੰਜਾਬ ਦੇ ਵਿੱਚ ਜਿਹੜੀ ਰਾਜਨੀਤੀ ਹੈ ਇਹ ਸ਼ਖਸੀਅਤਾਂ ਦੀ ਰਾਜਨੀਤੀ ਹੈ। ਅੱਜ ਵਿਕਰਮ ਨੇ ਮੁੱਛਾਂ ਉੱਚੀਆਂ ਕਰ ਲਈਆਂ, ਅੱਜ ਫਲਾਂ ਬੰਦੇ ਨੇ ਗਾਲ ਕੱਢਤੀ, ਅੱਜ ਉਹਨੇ ਕਹਿਤਾ ਕਿ ਆਹ ਬੀ ਟੀਮ ਹੈ। ਬਦਕਿਸਮਤੀ ਇਹ ਹੈ, ਔਰ ਕਾਂਗਰਸ ਪਾਰਟੀ ਨੇ ਜੋ ਨਿਸ਼ਾਨਦੇਹੀ ਕੀਤੀ ਹੈ, ਕਾਂਗਰਸ ਪਾਰਟੀ ਦੀ ਜੋ ਦੁਸ਼ਮਣ ਹੈ, ਕਾਂਗਰਸ ਪਾਰਟੀ ਜਿਸ ਦੁਸ਼ਮਣ ਨੂੰ ਹਰਾਉਣਾ ਚਾਹੁੰਦੀ ਹੈ ਉਹ ਪੰਜਾਬ ਦੇ ਵਿੱਚੋਂ ਰਿਸ਼ਵਤ, ਗਰੀਬੀ, ਅਨਪੜ੍ਹਤਾ, ਬੇਰੁਜ਼ਗਾਰੀ, ਨਸ਼ਾਖੋਰੀ ਅਤੇ ਜਿਹੜੀਆਂ ਵਤਨ ਦੁਸ਼ਮਣ ਕਾਰਵਾਈਆਂ ਤੁਸੀਂ ਗੁਰੂ ਗ੍ਰੰਥ ਸਾਹਿਬ ਜਾਂ ਕੁਰਾਨ ਸ਼ਰੀਫ ਦੀ ਬੇਹੁਰਮਤੀ ਹੋਈ ਹੈ। ਦੇਖੋ, ਕਿਉਂਕਿ ਇਹਨਾਂ ਲੀਡਰਾਂ ਕੋਲ ਕੋਈ ਹੋਰ ਏਜੰਡਾ ਨਹੀਂ, ਤਾਂ ਹਮੇਸ਼ਾ ਬਿਆਨਾਤ ਜਿਹੜੇ ਤੁਸੀਂ ਇਹਨਾਂ ਦੇ ਸੁਣੋਗੇ ਇਹ ਇਸ ਕਿਸਮ ਦੇ ਹੀ ਹੁੰਦੇ ਆ। ਇਹ ਜਿਹੜੇ ਇਹ ਬੇਤੁਕੇ ਜਿਹੜੇ ਬਿਆਨ ਹੁੰਦੇ ਆ, ਕਦੀ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨੇ 'ਤੇ ਰੱਖਣ ਵਾਲੇ CPS ਨਵਜੋਤ ਕੌਰ ਸਿੱਧੂ ਨੇ ਇਸ ਵਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨਾ ਬਣਾਇਆ। ਨਵਜੋਤ ਕੌਰ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੌਕਾ ਪ੍ਰਸਤ ਅਤੇ ਕੁਰਸੀ ਦਾ ਲਾਲਚੀ ਲੀਡਰ ਦੱਸਿਆ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸ਼ਾਹੀ ਜ਼ਿੰਦਗੀ ਜਿਉਣ 'ਚ ਯਕੀਨ ਰੱਖਦੇ ਨੇ, ਜੇਕਰ ਉਹਨਾਂ ਨੂੰ ਆਪਣੇ ਪਾਰਟੀ ਦੇ ਵਰਕਰਾਂ ਦਾ ਇੰਨਾ ਹੀ ਖਿਆਲ ਹੁੰਦਾ ਤਾਂ ਉਹ 4.5 ਸਾਲ ਟਿਕ ਕੇ ਨਾ ਬੈਠਦੇ। ਮੈਂ ਉਹਦਾ ਜਵਾਬ ਪਹਿਲਾਂ ਹੀ ਦੇ ਚੁੱਕੀ ਹਾਂ। ਕਈ ਬੰਦੇ ਕੁਰਸੀਆਂ ਛੱਡ ਕੇ ਪੰਜਾਬ ਦੀ ਗੱਲ ਕਰਦੇ ਆ ਤੇ ਕਈ ਬੰਦੇ ਕੁਰਸੀ ਨੂੰ ਚਿਪਕ ਕੇ ਕਦੇ ਪੰਜਾਬ ਦੀ ਗੱਲ ਹੀ ਨਹੀਂ ਕੀਤੀ। ਸੋ ਉਹ ਬੰਦਾ ਤਾਂ ਕਮੈਂਟ ਹੀ ਨਾ ਕਰੇ ਜਿਹੜਾ ਖੁੱਡਾਂ ਚੋਂ ਨਿਕਲ ਕੇ 4.5 ਸਾਲ ਖੁੱਡ 'ਚ ਨਿਕਲ ਕੇ 6 ਮਹੀਨੇ ਲਾਸਟ ਵਾਲੇ ਰੋਇਲ ਲਾਈਫ ਜੀ ਕੇ ਆਪਣੀ ਜਿਹੜੀ ਸੋਸ਼ਲੀ ਅਸੈਪਟੇਬਲ ਵੀ ਨਹੀਂ ਹੈ ਇਹੋ ਜਿਹੀ ਲਾਈਫ ਜੀ ਕੇ ਸਡਨਲੀ ਆਉਣਾ। 4.5 ਸਾਲ ਤੋਂ ਉਹਨੂੰ ਕਰੂਤੀਆਂ ਦਿਖੀਆਂ ਨਹੀਂ ਪੰਜਾਬ 'ਚ ਕੀ ਹੋ ਰਹੀਆਂ, ਕਿਸੇ ਕਾਰਿਆਕਰਤਾ ਨਾਲ ਖੜਿਆ ਨਹੀਂ। ਹੁਣ ਸਡਨਲੀ ਸਾਰਿਆਂ ਨਾਲ ਪਿਆਰ ਆ ਰਿਹਾ, ਹੁਣ ਆ ਕੇ ਪੁੱਛ ਰਿਹਾ ਕਾਰਿਆਕਰਤਾ ਦਾ ਕੀ ਹੋ ਰਿਹਾ। ਆਪਣੇ ਬਿਜ਼ਨਸ 'ਚ ਕੋਈ ਘਾਟਾ ਨਹੀਂ ਆਇਆ, ਪਰ ਕਾਂਗਰਸ ਦਾ ਕਾਰਿਆਕਰਤਾ ਅਤੇ ਜਦੋਂ ਲੋਕ ਸਫ਼ਰ ਕੀਤੇ ਉਦੋਂ ਕਿੱਥੇ ਸੀ? ਯੂਜ਼ ਨੋਵੇਅਰ। ਸਿਰਫ ਕੁਰਸੀ ਦੇ ਲਾਲਚ ਤੋਂ ਸਿਵਾਏ ਉਸ ਬੰਦੇ ਨੂੰ ਕੁਛ ਹੋਰ ਨਹੀਂ ਸੁੱਝਦਾ। ਉਹਦੇ ਬਾਵਜੂਦ ਉਸ ਦੇ ਓਪੋਜ਼ਿਟ ਨਵਜੋਤ ਸਿੱਧੂ ਜੀ ਨੇ ਸਾਰੇ ਪਦ ਛੱਡੇ। ਮੈਂ ਵੀ ਇਹੀ ਗੱਲ ਕੀਤੀ ਸੀਗੀ ਕਿ 9.5 ਸਾਲ ਤਾਂ ਕੁਛ ਨਹੀਂ ਹੁੰਦਾ, ਜਦੋਂ ਇਲੈਕਸ਼ਨਸ ਆਉਣੀਆਂ ਹੁੰਦੀਆਂ ਉਦੋਂ ਸਡਨਲੀ ਸਾਰੀਆਂ ਗੈਂਗ ਵਾਰ ਸਾਰਾ ਕੁਛ ਬਾਹਰ ਨਿਕਲ ਆਉਂਦਾ ਹੈ, ਫਿਰ ਉਦੋਂ ISI ਵੀ ਆ ਜਾਂਦੀ ਹੈ। ਪਹਿਲਾਂ ਕੁਛ ਨਹੀਂ ਆ, ਕਿੱਥੇ ਹੈ ਦੱਸਣ? ਇਹ ਹੋਮ ਮਿਨਿਸਟਰੀ ਹੈ, ਹੋਮ ਮਿਨਿਸਟਰ ਹੈ, ਲੋਕਾਂ ਨੂੰ ਦੱਸਣ ਕਿਹਨੂੰ ਥਰੈਟ ਆਈ ਹੈ, ਕਿੱਥੋਂ ਆਈ ਹੈ, ਕਿਹੜੇ ਬੰਦੇ ਨੇ ਥਰੈਟ ਕੀਤੀ ਹੈ। ਜਿਹੜੀ ਥਰੈਟ ਲੈਟਰ ਹੈ ਉਹ DGP ਦੱਸੇ ਕੀ ਐਕਸ਼ਨ ਲੈ ਰਿਹਾ ਉਸ ਦੇ ਬੇਸਿਸ ਤੇ, ਕਿਹੜੇ ਲੋਕਾਂ ਨੂੰ ਥਰੈਟ ਆਏ ਉਹ ਲੋਕਾਂ ਨੂੰ ਦੱਸਣ ਵੀ ਉਹ ਕਿਹੜੇ ਲੋਕਾਂ ਨੂੰ ਥਰੈਟ ਆਇਆ। ਬਾਅਦ 'ਚ ਕਹਿ ਰਹੀ ਹੈ ਰਿਵੀਲ ਕਰਨ ਵੀ ਕਿਹੜੇ ਲੋਕਾਂ ਨੂੰ ਥਰੈਟ ਹੈ ਤਾਂ ਕਿ ਲੋਕ ਆਪਣੇ ਆਪ ਨੂੰ ਬਚਾਉਣ। ਪਰ ਹਮੇਸ਼ਾ ਜਦੋਂ ਗਵਰਨਮੈਂਟ ਬਦਲਣੀ ਹੁੰਦੀ ਹੈ ਜਾਂ ਗਵਰਨਮੈਂਟ ਇਲੈਕਸ਼ਨਸ ਹੁੰਦੀ ਹੈ ਉਦੋਂ ਹੀ ਕਿਉਂ ਸਾਰੇ ਗੈਂਗ ਵਾਰਸ ਹੋਣ ਲੱਗ ਜਾਂਦੀਆਂ, ਉਦੋਂ ਹੀ ਕਿਉਂ ਸਾਰੇ ਬਾਹਰ ਛੁੱਟ ਜਾਂਦੇ ਆ ਤੇ ਬਾਹਰ ਨਿਕਲ ਜਾਂਦੇ ਆ। ਸਾਬਕਾ ਮੈਂਬਰ ਪਾਰਲੀਮੈਂਟ ਅਤੇ ਕਾਂਗਰਸ ਦੇ ਸਾਬਕਾ ਆਗੂ ਜਗਮੀਤ ਬਰਾੜ ਨੇ ਬਰਨਾਲਾ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ 'ਤੇ ਖੂਬ ਨਿਸ਼ਾਨੇ ਸਾਧੇ। ਜਗਮੀਤ ਸਿੰਘ ਬਰਾੜ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਬਾਦਲ ਅਤੇ ਕੈਪਟਨ ਪਰਿਵਾਰ ਆਪਸ 'ਚ
ਮਿਲੇ ਹੋਏ ਨੇ। ਉਹਨਾਂ ਕਿਹਾ ਕਿ 13 ਅਗਸਤ ਨੂੰ ਜਲੰਧਰ 'ਚ ਪ੍ਰੈਸ ਕਾਨਫਰੰਸ ਦੌਰਾਨ ਪੁਖਤਾ ਸਬੂਤਾਂ ਸਮੇਤ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ 'ਤੇ ਵੱਡਾ ਖੁਲਾਸਾ ਕਰਨਗੇ, ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਜਵਾਬ ਨਹੀਂ ਸੁੱਝਣ ਵਾਲਾ। ਆਪ ਦੀ ਰਾਜਨੀਤੀ ਵਿੱਚ ਗੁਰੂ ਦਾ ਆਸ਼ਾ, ਸੰਘਰਸ਼ ਤੇ ਜਦੋਜਹਿਦ ਦਾ ਆਸ਼ਾ, ਗਊ ਗਰੀਬ ਦੀ ਮਦਦ ਕਰਨ ਦਾ ਆਸ਼ਾ, ਇਸ ਮਿੱਟੀ ਨੂੰ ਸਮਰਪਿਤ ਹੋ ਕੇ ਇਹਦੀ ਸੇਵਾ ਕਰਨ ਦਾ ਆਸ਼ਾ, ਉਹ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਵਿੱਚ ਮੁਕੰਮਲ ਤੌਰ 'ਤੇ ਖਤਮ ਹੋ ਚੁੱਕਿਆ। ਔਰ ਖਾਸ ਕਰਕੇ ਪਰਿਵਾਰਵਾਦ ਅਤੇ ਰਜਵਾੜਾ ਸ਼ਾਹੀ, ਜਿਹੜੀ ਬਾਦਲ ਦਾ ਪਰਿਵਾਰਵਾਦ ਹੈ ਔਰ ਕੈਪਟਨ ਅਮਰਿੰਦਰ ਸਿੰਘ ਦੀ ਰਜਵਾੜਾ ਸ਼ਾਹੀ ਹੈ, ਉਹਨੇ ਪੰਜਾਬ ਨੂੰ ਤਬਾਹ ਇਸ ਕਰਕੇ ਕਰ ਦਿੱਤਾ ਕਿ ਚੰਦ ਕੁ ਰਿਸ਼ਤੇਦਾਰ ਅਤੇ ਚੰਦ ਕੁ ਬੰਦੇ ਇਕੱਤਰ ਹੋ ਕੇ ਪੰਜਾਬ 'ਤੇ ਰਾਜਪਾਟ ਕਰ ਰਹੇ ਹੈ। ਇਹਦੇ ਨਾਲ ਪੰਜਾਬ ਫਾਡੀ ਰਹਿ ਗਿਆ, ਪੰਜਾਬ ਅੰਦਰ ਕੋਈ ਪੋਲੀਟੀਕਲ ਲੀਡਰਸ਼ਿਪ ਜਿਹੜੀ ਹੈ ਨਵੀਂ ਉਹ ਜਨਮ ਨਹੀਂ ਲੈ ਸਕੀ। ਇਹਨਾਂ ਨੇ ਇਸ ਪ੍ਰਕਾਰ ਦਾ ਕਬਜ਼ਾ ਪੈਸੇ ਦੇ ਜ਼ੋਰ ਨਾਲ ਪੰਜਾਬ ਦੀ ਰਾਜਨੀਤੀ 'ਤੇ ਕੀਤਾ। ਸਾਡਾ ਇੱਕੋ ਇੱਕ ਮਕਸਦ ਹੈ, 2017 'ਚ ਵੋਟ ਨਾ ਵੰਡੀ ਜਾਵੇ ਔਰ ਦੋਨਾਂ ਅਕਾਲੀ ਦਲ ਅਤੇ ਕਾਂਗਰਸ ਨੂੰ ਹਰਾਉਣ ਲਈ ਮੈਂ ਅਖੀਰਲੀ ਵਿਦਡਰੋਲ ਦੇ ਕਾਗਜ਼ਾਂ ਦੀ ਨਾਮਜ਼ਦਗੀ ਤੋਂ ਵਿਦਡਰੋਲ ਤੱਕ ਅੰਤ ਤੱਕ ਇਹ ਕੋਸ਼ਿਸ਼ ਕਰਾਂਗਾ। ਆਮ ਆਦਮੀ ਪਾਰਟੀ ਦੀ ਟਿਕਟਾਂ ਦੀ ਵੰਡ ਤੋਂ ਬਾਅਦ ਹੀ ਜਿੱਥੇ ਵਿਵਾਦਾਂ ਦਾ ਦੌਰ ਸ਼ੁਰੂ ਹੋਇਆ, ਉੱਥੇ ਹੀ 19 ਹਲਕਿਆਂ ਦੇ ਆਮ ਆਦਮੀ ਪਾਰਟੀ ਦੇ ਵਰਕਰ ਆਪਣੇ ਆਪਣੇ ਉਮੀਦਵਾਰਾਂ ਖਿਲਾਫ਼ ਤਿੱਖੇ ਰੌਹ 'ਚ ਨਜ਼ਰ ਆ ਰਹੇ ਨੇ, ਜਿਸ ਦੇ ਚੱਲਦਿਆਂ ਬੀਤੇ ਦਿਨ ਚੰਡੀਗੜ੍ਹ 'ਚ ਲੁਧਿਆਣਾ ਪੱਛਮੀ ਤੋਂ ਅਹਿਬਾਬ ਗਰੇਵਾਲ ਦੀ ਟਿਕਟ ਦਾ ਪਾਰਟੀ ਦੇ ਵਰਕਰਾਂ ਨੇ ਵਿਰੋਧ ਕੀਤਾ ਅਤੇ ਕਿਹਾ ਕਿ ਅਹਿਬਾਬ ਗਰੇਵਾਲ ਦਾ ਲੁਧਿਆਣਾ ਪੱਛਮੀ ਹਲਕੇ 'ਚ ਕੋਈ ਆਧਾਰ ਨਹੀਂ, ਇਸ ਕਰਕੇ ਪਾਰਟੀ ਉਸ ਨੂੰ ਆਪਣਾ ਉਮੀਦਵਾਰ ਨਹੀਂ ਬਣਾ ਸਕਦੀ। ਇਸ ਦੇ ਨਾਲ ਹੀ ਪਾਰਟੀ ਵਰਕਰਾਂ ਨੇ ਬਾਗੀ ਸੁਰਾ ਲਾਭਦਿਆਂ ਕਿਹਾ ਹੈ ਕਿ ਅਹਿਬਾਬ ਗਰੇਵਾਲ ਦੀ ਟਿਕਟ 'ਛੇਤੀ ਤੋਂ ਛੇਤੀ ਪਾਰਟੀ ਕੱਟੇ। ਜੋ ਕੈਂਡੀਡੇਟ ਲੁਧਿਆਣਾ ਵੈਸਟ ਕੇ ਲੀਏ ਅਹਿਬਾਬ ਸਿੰਘ ਗਰੇਵਾਲ ਚੁਣੇ ਗਏ ਹੈ, ਉਨਕੇ ਬਾਰੇ ਮੈਂ ਇਹ ਬਤਾਨੇ ਆਇਆ ਹੂੰ ਕਿ ਇਹ ਕੈਂਡੀਡੇਟ ਰਾਈਟ ਨਹੀਂ ਹੈ, ਕਿਉਂਕਿ ਉਸਮੇ ਜੋ ਐਕਚੁਅਲ ਰਿਕੁਆਇਰਮੈਂਟ ਹੈ ਲੇਟ ਡਾਊਨ ਕੀ ਹੋਈ ਆਮ ਆਦਮੀ ਪਾਰਟੀ ਕੀ, ਵੋ ਹੈ ਕਿ ਵੋ ਨਿਸਵਾਰਥ ਹੋਣਾ ਚਾਹੀਏ ਔਰ ਇਮਾਨਦਾਰ ਹੋਣਾ ਚਾਹੀਏ, ਉਸਕਾ ਪਾਰਟੀ ਕੇ ਸਾਥ ਅੰਦਰੂਨੀ ਲਗਾਓ ਹੋਣਾ ਚਾਹੀਏ ਔਰ ਹਲੀਮੀ ਹੋਣੀ ਚਾਹੀਏ ਔਰ ਸਾਥ ਸਪੋਰਟਸਮੈਨ ਸਪਿਰਿਟ ਐਂਡ ਟੀਮ ਸਪਿਰਿਟ ਹੋਣੀ ਚਾਹੀਏ। ਐਕਚੁਅਲੀ ਹਮ ਉਸਕੇ ਸਾਥ ਤਕਰੀਬਨ ਬਿਗਨਿੰਗ ਸੇ ਹੀ ਜੁੜੇ ਹੋਏ, ਹਮ ਦੇਖ ਰਹੇ ਹੈ ਕਿ ਵੋ ਕੈਂਡੀਡੇਟ ਰਿਕੁਆਇਰਮੈਂਟ ਨਹੀਂ ਮੀਟ ਕਰਤਾ ਹੈ ਔਰ ਇਸਕੇ ਬਾਰੇ ਮੈਂ ਹਮ ਹੀ ਨਹੀਂ ਜੋ ਹਮ ਯਹਾਂ ਐਕਚੁਅਲੀ ਰਿਪ੍ਰੈਜੈਂਟ ਕਰਨੇ ਆਏ ਹੈ, ਆਪਣੀ ਅਕੇਲੇ ਜਾਂ ਦੋ ਚਾਰ ਕੀ ਨਹੀਂ, ਪੂਰੀ ਕਾਂਸਟੀਚੁਐਂਸੀ ਕੀ, ਵੋਟਰਸ ਕੀ ਪਲੱਸ ਵਲੰਟੀਅਰਸ ਕੀ ਆਵਾਜ਼ ਆਪ ਤੱਕ ਪਹੁੰਚਾਨੇ ਆਏ ਹੈ। ਸੋਸ਼ਲ ਮੀਡੀਆ ਤੇ ਈਸਾ ਮਸੀਹ ਦੀ ਇੱਕ ਤਸਵੀਰ ਵਾਇਰਲ ਹੋਈ ਹੈ, ਜਿਸ ਤੇ ਈਸਾ ਮਸੀਹ ਦੀ ਤਸਵੀਰ ਦੇ ਨਾਲ ਇੱਕ ਜੁੱਤੀ ਦਾ ਨਿਸ਼ਾਨ ਵੀ ਬਣਾਇਆ ਗਿਆ ਅਤੇ ਇਹ ਤਸਵੀਰ ਨੂੰ ਲੈ ਕੇ ਹੁਣ ਕ੍ਰਿਸਚਨ ਭਾਈਚਾਰਾ ਕਾਫੀ ਰੋਸ 'ਚ ਹੈ, ਜਿਸ ਦੇ ਚੱਲਦਿਆਂ ਪੰਜਾਬ ਦੇ ਬਟਾਲਾ 'ਚ ਵੱਡੀ ਗਿਣਤੀ 'ਚ ਇਕੱਠੇ ਹੋਏ ਕ੍ਰਿਸਚਨ ਭਾਈਚਾਰੇ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਮੁਲਜ਼ਮਾਂ ਦੀ ਛੇਤੀ ਤੋਂ ਛੇਤੀ ਗ੍ਰਿਫਤਾਰੀ ਦੀ ਮੰਗ ਕੀਤੀ। ਸਾਡਾ ਪ੍ਰੋਟੈਸਟ ਆ ਕਿ ਇੱਕ ਫੇਸਬੁੱਕ ਤੇ ਔਰ ਵਟਸਐਪ ਤੇ ਇੱਕ ਫੋਟੋ ਵਾਇਰਲ ਕੀਤੀ ਗਈ ਹੈ ਚੱਪਲਾਂ ਦੇ ਜੋੜੇ ਤੇ ਪ੍ਰਭੂ ਯਿਸੂ ਮਸੀਹ ਜੀ ਔਰ ਮਾਤਾ ਮਰੀਮ ਦੀ, ਔਰ ਇਹ ਬੜੀ ਸ਼ਰਮਨਾਕ ਘਟਨਾ। ਅਸੀਂ ਪ੍ਰਸ਼ਾਸਨ ਨੂੰ ਅੱਜ ਇਹ ਮੰਗ ਕਰਨ ਆਏ ਹਾਂ ਕਿ ਇਹ ਬੰਦਾ ਕਿਸੇ ਵੀ ਦੁਨੀਆਂ ਦੇ ਕੋਨੇ 'ਚ ਹੋਏ ਇਹਨੂੰ ਟਰੇਸ ਕਰਕੇ ਸਾਈਬਰ ਕ੍ਰਾਈਮ ਵਾਲਿਆਂ ਦੀ ਡਿਊਟੀ ਲਾ ਕੇ ਇਹ ਬੰਦੇ ਨੂੰ ਟਰੇਸ ਕਰਕੇ ਇਹਨੂੰ ਸਜ਼ਾ ਦਿੱਤੀ ਜਾਏ। ਅਗਰ ਅੱਜ ਜੋ ਅਸੀਂ ਮੈਮੋਰੈਂਡਮ ਦਿੱਤਾ, ਜੇ ਇਸ ਚੀਜ਼ ਦੇ ਉੱਤੇ ਨਾ ਰੋਕਥਾਮ ਲਾਈ ਗਈ ਤੇ ਦੁਬਾਰਾ ਪ੍ਰੋਟੈਸਟ ਹੋਏਗਾ ਔਰ ਇਸ ਤੋਂ ਵੱਡਾ ਹੋਏਗਾ ਔਰ ਇਸ ਤੋਂ ਦੂਣਾ ਹੋਏਗਾ ਔਰ ਸ਼ਹਿਰ ਬੰਦ ਕਰਨ ਦੀ ਅਪੀਲ ਕਰਾਂਗੇ ਉਸ ਟਾਈਮ ਤੇ ਪ੍ਰਸ਼ਾਸਨ ਵੱਲੋਂ। ਜਿਹੜੇ ਵੀ ਇਹ ਆਨਸਰਾਂ ਨੇ ਇੱਦਾਂ ਦੀ ਘਟਨਾ ਮਤਲਬ ਵਾਪਰੀ ਆ ਉਹਦਾ ਅਸੀਂ ਤੁਰੰਤ ਜਿਹੜਾ ਪੁਲਿਸ ਦਾ ਐਕਸ਼ਨ ਲੈ ਕੇ ਐਡਮਿਨਿਸਟ੍ਰੇਸ਼ਨ ਨੂੰ ਪੂਰਾ ਭਰੋਸਾ ਦਵਾਉਂਦੇ ਹਾਂ ਵੀ ਜਿਹੜੀਆਂ ਅਪਮਾਨਜਨਕ ਜਿਹੜੀਆਂ ਇਹ ਫੋਟੋਆਂ ਛਾਪੀਆਂ ਆ, ਜਿਹੜੇ ਵੀ ਵਿਅਕਤੀ ਨੇ ਛਾਪੀਆਂ, ਬੜੀ ਮਾੜੀ ਗੱਲ ਆ, ਪਰ ਸਾਡੇ ਐਡਮਿਨਿਸਟ੍ਰੇਸ਼ਨ ਦਾ ਇਹ ਪੂਰਾ ਸਹਿਯੋਗ ਹੋਊਗਾ। ਭਾਰਤੀ ਫੌਜ ਵੱਲੋਂ ਦੇਸ਼ ਦੀ ਆਜ਼ਾਦੀ ਦੇ ਦਿਨ ਨੂੰ ਲੈ ਕੇ ਆਮ ਜਨਤਾ ਅਤੇ ਸਕੂਲੀ ਬੱਚਿਆਂ ਦੇ ਨਾਲ ਮਨਾਉਣ ਦੇ ਲਈ ਇੱਕ ਬੈਂਡ ਸ਼ੋਅ ਦਾ ਪ੍ਰੋਗਰਾਮ ਰੱਖਿਆ ਗਿਆ। ਇਹ ਆਰਮੀ ਸ਼ੋਅ ਗੁਰਦਾਸਪੁਰ ਦੇ ਪਿੰਡ ਬੱਬੇਹਾਲੀ 'ਚ ਕਰਵਾਇਆ ਗਿਆ, ਜਿੱਥੇ ਫੌਜੀ ਜਵਾਨਾਂ ਨੇ ਆਮ ਲੋਕਾਂ ਨੂੰ ਝੂਮਣ ਲਗਾ ਦਿੱਤਾ। ਇਸ ਮੌਕੇ ਫੌਜ ਦੇ ਅਧਿਕਾਰੀ ਅਤੇ ਗੁਰਦਾਸਪੁਰ ਦੇ ਵਿਧਾਇਕ ਵੀ ਮੌਜੂਦ ਰਹੇ।
इंडिपेंडेंस डे से पहले जो है ये हम बच्चों के बीच में ये जागरूकता लाना चाहते थे कि जो भारतीय सेना है वो हमेशा देशवासियों के साथ है, हर डोमेन में, हर फील्ड में, हर स्पेयर में। और ये जागरूकता जो है बच्चों के बीच पे लाना चाहते थे कि इस फंक्शन से वो सेना को हमेशा अपने साथ, न कि बच्चे, जितने भी लोग हैं गुरदासपुर के और अपने देश के, सेना हमेशा उनके साथ रहेगी। अज आर्मी यूनिट साढ़े लगे तिबड़ी के ब्रिगेडियर साहब की रहनमई हेठ से जो बैंड का शो किया गया वो नेड़े दे स्कूलों में लिया के बच्चों दिखाया गया और इतने जरा इन्ह बैंड का शो किया, ये बच्चों बड़ा फायदा होएगा क्योंकि जिस तरीके डिसिप्लिन रह के आर्मी के कल तो तैयारी कर रहे थे अज भी इन्हें सारा जरा शो किया, ये बच्चों सीखने लिए बहुत कुछ मिले। सर बहुत वधिया लगा, ये आर्मी के ऑफिसर बारे सानू जानकारी मिलती है तो अगों होर विद्यार्थियों आर्मी जाने बारे प्रभावित होंगे। स्टाफ बहुत यहाँ पे बहुत कुछ डिफरेंट थिंग था, कोऑर्डिनेशन अच्छी थी, मतलब फर्स्ट टाइम एक्सपीरियंस था। यूनिटी मिली कि हमारे डिफरेंट नेशन के, हमारे जो इंडियन नेशन है उसके डिफरेंट जो लोग रहते हैं डिफरेंट स्टेट में उनके अंदर कितनी यूनिटी है, जैसे हम देख रहे हैं यहाँ पे कई ईस्ट से भी आए हुए थे तो कितनी यूनिटी है सबके अंदर। कश्मीर मामले नूं लैके शुक्रवार ऑल पार्टी मीटिंग रखी गई जिस विच पीएम मोदी ने वड्डा बयान दिता। पीएम मोदी ने साफ तौर पर कहा है कि पाकिस्तान के कब्जे वाला कश्मीर यानी पीओके भारत का अटूट हिस्सा है। जानकारी मुताबक पीएम मोदी ने कहा है कि कश्मीर के मसले पीओके के लोगों की शमूलियत तो बिना हल नहीं हो सकते। इन्ना ही नहीं पीएम मोदी ने यह भी कहा है कि पीओके के वो लोग जो दूसरी थां ते रह रहे हैं उन्होंने भी इस गलबात जरूर शामिल किया जाएगा। उन्होंने कहा कि कश्मीर में अशांति का मुख्य कारण सरहद तो पार का अतवाद है। नाल ही पीएम मोदी ने यह भी कहा है कि वो कश्मीर मामले ते शांतमई ते स्थाई हल लभण लई वचनबद्ध ने। उधर गृह मंत्री राजनाथ सिंह ते वित्त मंत्री अरुण जेटली ने मीडिया नाल मुखातिब हुंदिया कश्मीर दे मामले ते कीती गई ऑल पार्टी मीटिंग बारे जानकारी सांझी कीती। अमेरिका के एरीजोना में एक सिख व्यक्ति का नकाबपोश लुटेरे वालों गोली मार के कतल कर दिया गया। जानकारी मुताबक 36 साल अमनजीत सिंह तूर 7-11 स्टोर च काम करता सी। जदों अमनजीत अपनी ड्यूटी ते तैनात सी तां नकाबपोश ने स्टोर च वड़ के अमनजीत तो पैसे मंगे। उसने साथी कर्मचारियों के कहने ते अपना बैग उसनू दे दिता पर बावजूद इस दे नकाबपोश ने गोलियां मार के उसका कतल कर दिता। फिलहाल पुलिस अमनजीत सिंह तूर के कातल का पता लगाने वास्ते लोगों की मदद लै रही है। तो 7-11 कारपोरेशन ने कातल नूं छेती काबू करन विच पुलिस की मदद करन लई कातल की जानकारी देने वाले लई 73 लाख तो वध दे इनाम का ऐलान किया है। अमनजीत के कतल तो बाद जिथे उसके परिवार वालों बेहद दुखी ने उत्थे ही अमरीका वसदे सिख भाईचारे विच एक बार मुड़ तो सुरक्षा लैके दहशत का माहौल पैदा हो गया। दस दिए कि मृतक अमनजीत सिंह 6 साल पहला भारत तो अमेरिका के शहर फिनैक्सो आके वसया सी। शुक्रवार को बॉलीवुड अदाकार शाहरुख खान एक बार फिर अमेरिका के लॉस एंजलस हवाई अड्डे से हिरासत लिया गया ते फिर पूरी जांच तो बाद उन्होंने रिहा किया गया। शाहरुख खान इस बारे ट्वीट करदे अपनी नाराजगी भी जाहिर की। उन्होंने लिखा कि अमेरिका के इमीग्रेशन विभाग उन्होंने हिरासत च लिया है ते नाल ही उन्होंने लिखा कि दुनिया में अज जो हालत है उसनू वेखदे हुए सुरक्षा के मुद्दे नू पूरी तरह समझते हैं ते सम्मान भी करते हैं पर हर बार अमेरिका के इमीग्रेशन विभाग वालों उन्होंने ही हिरासत च ले जाना ते उन्होंने बुरा लगता है। जिक्रयोग है कि शाहरुख खान नू इस तो पहला भी कुछ मौकों ते अमेरिका के हवाई अड्डे ते रोकया गया सी। पूरे घटनाक्रम तो बाद अमेरिका के विदेशी विभाग ने मुआफ़ी भी मंगी है। केंद्रीय खेड मंत्री विजय गोयल की रियो ओलंपिक्स मानता रद्द होने का खदशा बनया होया। रियो ओलंपिक के प्रबंधकों ने भारत के केंद्रीय खेड मंत्री विजय गोयल की मानता रद्द करने की चेतावनी दी है। विजय गोयल के इल्जाम ने कि वह मानता प्राप्त लोगों की एंट्री वाली थान से गैर मानता प्राप्त लोगों को लेकर जाते हैं। इस दे नाल ही विजय गोयल के स्टाफ से भी इतराज़योग शब्दावली की वरतों करन दे इल्जाम लगे ने जिस कारण उन्होंने मानता रद्द करने की चेतावनी दी गई है। ओलंपिक प्रबंधक कमेटी मुताबक उन्हां कोल भारतीय खेड मंत्री के खिलाफ कई शिकायतें पहुंचियां ने। जिक्रयोग है कि खेड मंत्री विजय गोयल भारतीय खिडारियों का हौसला वधाने वास्ते रियो पहुंचे हुए ने। रियो ओलंपिक च मानता रद्द करन दे पिछे मुख्य कारण खेडां दी सुरक्षा दस्सिया जा रहा है। प्रधानमंत्री नरेंद्र मोदी देश के सब तो ज़्यादा प्रसिद्ध शख्सियत बन गए ने। सोशल नैटवर्किंग साइट ट्विटर से सदियों के महान अदाकार अमिताभ बच्चन भी उन्होंने पिछे छड़ दिता है।
ਸ਼ੁੱਕਰਵਾਰ ਟਵਿੱਟਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫੋਲੋਅਰਸ ਦੀ ਗਿਣਤੀ 21.9 million ਤੱਕ ਪਹੁੰਚ ਗਈ, ਜਦੋਂ ਕਿ ਅਮਿਤਾਬ ਬੱਚਨ ਦੀ ਫੋਲੋਅਰਸ ਦੀ ਗਿਣਤੀ 21.8 million ਹੈ। ਜ਼ਿਕਰਯੋਗ ਹੈ ਕਿ PM ਮੋਦੀ ਲੋਕਾਂ ਦੇ ਨਾਲ ਰਾਬਤਾ ਕਾਇਮ ਕਰਨ ਵਿੱਚ ਅਤੇ ਆਪਣੀ ਗੱਲਬਾਤ ਲੋਕਾਂ ਤੱਕ ਪਹੁੰਚਾਉਣ ਲਈ ਸੋਸ਼ਲ ਮੀਡੀਆ ਦੀ ਚੰਗੀ ਤਰ੍ਹਾਂ ਵਰਤੋਂ ਕਰਦੇ ਨੇ। ਜੇਕਰ ਦੁਨੀਆ ਦੇ ਮੁੱਖ ਆਗੂਆਂ ਦੀ ਗੱਲ ਕੀਤੀ ਜਾਵੇ ਤਾਂ ਟਵਿੱਟਰ 'ਤੇ ਫੋਲੋਅਰਸ ਦੀ ਲਿਸਟ ਵਿੱਚ PM ਮੋਦੀ ਦਾ ਨਾਂ ਤੀਸਰੇ ਨੰਬਰ 'ਤੇ ਆ ਗਿਆ। ਪਹਿਲੇ ਨੰਬਰ 'ਤੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਅਤੇ ਦੂਸਰੇ ਨੰਬਰ 'ਤੇ ਪੋਪ ਫਰਾਂਸਿਕ। ਫਿਲਹਾਲ ਖਬਰਾਂ ਦੇ ਇਸ ਬੁਲੇਟਿਨ 'ਚ ਇੰਨਾ ਹੀ। ਨਵੀਆਂ ਅਤੇ ਤਾਜ਼ਾ ਤਰੀਨ ਖਬਰਾਂ ਲਈ ਤੁਸੀਂ ਵੇਖਦੇ ਰਹੋ FMI ਨਿਊਜ਼।